ਸ਼ਰਾਫਤ ਦਾ ਫਲ। ਸੁੰਦਰ ਸਿੰਘ ਇੱਕ ਬੜਾ ਸ਼ਰੀਫ ਆਦਮੀ ਸੀ ਤੇ ਉਸਦੇ ਕੋਲ ਇੱਕ ਬਹੁਤ ਸੋਹਣਾ ਤੇ ਵਧੀਆ ਨਸਲ ਦਾ ਘੋੜਾ ਸੀ। ਇਸ ਘੋੜੇ ਦੀ ਮਸ਼ਹੂਰੀ ਦੂਰ ਦੂਰ ਤੱਕ ਫੈਲੀ ਹੋਈ ਸੀ। ਇੱਕ ਵਾਰੀ ਇੱਕ ਡਾਕੂ ਨੇ ਇਸ ਦੀ ਸਿਫਤ ਸੁਣ ਕੇ ਇਸ ਘੋੜੇ ਨੂੰ ਪ੍ਰਾਪਤ ਕਰਨ ਦੀ ਲਾਲਸਾ ਮਨ ਵਿੱਚ ਪਾਲ ਲਈ ਤੇ ਸੁੰਦਰ ਸਿੰਘ ਨੂੰ ਬਹੁਤ ਸਾਰੀ ਰਕਮ ਇਸ ਦੇ ਮੁੱਲ ਵਜੋਂ ਦੇਣੀ ਚਾਹੀ, ਪਰ ਸੁੰਦਰ ਸਿੰਘ ਨੇ ਘੋੜਾ ਵੇਚਣੋਂ ਨਾ ਕਰ ਦਿੱਤੀ। ਡਾਕੂ ਨੇ ਘੋੜੇ ਨੂੰ ਹਾਸਲ ਕਰਨ ਦੀ ਇੱਕ ਹੋਰ ਕਾਢ ਕੱਢੀ। ਇੱਕ ਵਾਰ ਜਦੋਂ ਸੁੰਦਰ ਸਿੰਘ ਘੋੜੇ ਤੇ ਸਵਾਰ ਹੋ ਕੇ ਸੜਕ ਤੋਂ ਲੰਘ ਰਿਹਾ ਸੀ ਨਾ, ਤਾਂ ਇਸ ਡਾਕੂ ਨੇ ਫਟੇ ਪੁਰਾਣੇ ਕੱਪੜੇ ਪਾ ਕੇ ਫਕੀਰਾਂ ਦੇ ਭੇਸ ਵਿੱਚ ਸੜਕ ਦੇ ਕੰਢੇ ਹਾਏ ਹਾਏ ਕਰਨਾ ਸ਼ੁਰੂ ਕਰ ਦਿੱਤਾ। ਇਸ ਦੀ ਆਵਾਜ਼ ਨੂੰ ਸੁਣ ਕੇ ਰਹਿਮ ਦਿਲ ਸੁੰਦਰ ਸਿੰਘ ਘੋੜੇ ਤੋਂ ਉੱਤਰ ਖਲੋਤਾ ਤੇ ਇਹ ਸੋਚ ਕੇ ਉਸ ਨੇ ਉਸ ਫਕੀਰ ਨੂੰ ਚੁੱਕ ਕੇ ਆਪਣੇ ਘੋੜੇ ਤੇ ਬਿਠਾਇਆ ਕਿ ਇਸ ਨੂੰ ਮੈਂ ਆਪਣੇ ਘਰ ਲਿਜਾ ਕੇ ਇਸ ਦਾ ਇਲਾਜ ਕਰਾਂਗਾ। ਪਰ ਡਾਕੂ ਨੇ ਘੋੜੇ ਤੇ ਸਵਾਰ ਹੁੰਦੇ ਸਾਰ ਘੋੜੇ ਨੂੰ ਅੱਡੀ ਲਾਈ ਤੇ ਕਹਿਣ ਲੱਗਾ, ਓਏ ਮੂਰਖਾ, ਤੂੰ ਕੀਮਤ ਲੈ ਕੇ ਘੋੜਾ ਵੇਚਣਾ ਕਬੂਲ ਨਹੀਂ ਸੀ ਕੀਤਾ, ਪਰ ਵੇਖਿਆ ਅਸੀਂ ਬਿਨਾਂ ਕੀਮਤ ਤੋਂ ਹੀ ਹੁਣ ਤੇਰੇ ਕੋਲੋਂ ਘੋੜਾ ਲੈ ਲਿਆ ਨਾ। ਇਹ ਸੁਣ ਕੇ ਸੁੰਦਰ ਸਿੰਘ ਹੱਕਾ ਬੱਕਾ ਰਹਿ ਗਿਆ ਤੇ ਕਹਿਣ ਲੱਗਾ, ਅੱਛਾ ਮੇਰੀ ਇੱਕ ਗੱਲ ਸੁਣ ਜਾ। ਡਾਕੂ ਨੇ ਸੋਚਿਆ, ਬਈ ਘੋੜਾ ਤੇ ਹੁਣ ਮੇਰੇ ਹੇਠ ਹੈ, ਇਸ ਲਈ ਇਹ ਕੀ ਕਰ ਲਵੇਗਾ, ਚੱਲ ਰੁਕ ਕੇ ਇਸ ਦੀ ਗੱਲ ਹੀ ਸੁਣ ਲਈਏ। ਸੁੰਦਰ ਸਿੰਘ ਬੋਲਿਆ, ਦੇਖ ਘੋੜਾ ਤੇ ਤੈਨੂੰ ਮਿਲ ਹੀ ਗਿਆ, ਪਰ ਨਾ ਇੱਕ ਕੰਮ ਕਰੀ, ਇਹ ਗੱਲ ਨਾ ਕਿਸੇ ਹੋਰ ਨੂੰ ਨਾ ਦੱਸੀ ਬਈ ਤੂੰ ਮੇਰੇ ਕੋਲੋਂ ਘੋੜਾ ਕਿਵੇਂ ਖੋਇਆ, ਨਹੀਂ ਤਾਂ ਨਾ ਅੱਗੇ ਤੋਂ ਨਾ ਲੋਕ ਗਰੀਬਾਂ ਤੇ ਦੁਖੀਆਂ ਦੀ ਸਹਾਇਤਾ ਕਰਨ ਤੋਂ ਕੰਨੀ ਕਤਰਾਉਣ ਲੱਗ ਪੈਣਗੇ। ਇਹ ਗੱਲ ਸੁਣ ਕੇ ਡਾਕੂ ਬੜਾ ਸ਼ਰਮਿੰਦਾ ਹੋਇਆ ਤੇ ਘੋੜਾ ਉੱਥੇ ਹੀ ਛੱਡ ਕੇ ਮੁੜ ਗਿਆ।